सास सास हम भूलन हारे, सास सास हम भूलन हारे। सूरा सो पहचानिए जो लड़े दीन के हेत, पुरजा पुरजा कट मरे कबहू ना छाड़े खेत। ਅਜੀਤ ਵੈਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਰਿੰਦਰ ਸਿੰਘ। ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਗੁਰਦੁਆਰਾ ਸ਼ਹੀਦਗੰਜ ਸਾਹਿਬ ਸ਼ਹੀਦਾਂ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ। ਆਓ ਤੁਹਾਨੂੰ ਦਰਸ਼ਨ ਕਰਾਉਂਦੇ ਹਾਂ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਦੇ, ਅਤੇ ਕਰਦੇ ਹਾਂ ਸੰਗਤਾਂ ਨਾਲ ਗੱਲਬਾਤ। ਤਿਸ ਬਿਨ ਦੂਜਾ ਅਵਰ ਨਾ ਕੋਈ, ਤਿਸ ਬਿਨ ਦੂਜਾ ਅਵਰ ਨਾ ਕੋਈ, ਇਸ ਬਿਨ ਦੂਜਾ ਅਵਰ ਨਾ ਕੋਈ, ਇਸ ਬਿਨ ਦੂਜਾ ਅਵਰ ਨਾ ਕੋਈ। ਆਪੇ ਥੰਮੈ ਸੱਚਾ ਸੋਈ, ਆਪੇ ਥੰਮੈ ਸੱਚਾ ਸੋਈ, ਸਭ ਰੋਗ ਮਿਟਾਵੇ, ਸਭ ਰੋਗ ਮਿਟਾਵੇ। ਹਰ ਹਰ ਨਾਮ ਮੇਰਾ ਆਧਾਰ, ਹਰ ਹਰ ਨਾਮ ਮੇਰਾ ਆਧਾਰ, ਹਰ ਹਰ ਨਾਮ, ਹਰ ਹਰ ਨਾਮ ਮੇਰਾ ਆਧਾਰ, ਹਰ ਹਰ ਨਾਮ ਮੇਰਾ ਆਧਾਰ। ਕਰਨ ਕਾਰਣ ਸਮਰੱਥ ਅਪਾਰ, ਸਮਰਾਜ ਅਪਾਰ, ਸਭ ਰੋਗ ਮਿਟਾਵੇ, ਸਭ ਰੋਗ ਮਿਟਾਵੇ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਅਨੰਦ ਸੇਵਾਦਾਰ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ, ਜਿਨ੍ਹਾਂ ਨੇ ਚਾਰ ਸਤਿਗੁਰੂ ਜੀ ਦੇ ਪਵਿੱਤਰ ਸਰੂਪ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਹੱਥ ਨਾਲ ਲਿਖ ਕੇ ਚਾਰਾਂ ਤਖਤਾਂ 'ਤੇ ਸੁਸ਼ੋਭਿਤ ਕੀਤੇ, ਅਮਰ ਸ਼ਹੀਦ ਸਿਰ ਲੱਥ ਯੋਧੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਸਮੁੱਚੇ ਤੌਰ 'ਤੇ ਦੁਨੀਆਂ ਦੇ ਵਿੱਚ ਸਮੂਹ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਵੱਡੇ ਪੱਧਰ 'ਤੇ ਮਨਾ ਰਹੇ। ਸੋ ਉਹਨਾਂ ਦੇ ਜਨਮ ਦਿਨ 'ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਕਾਮਨਾ ਵੀ ਕਰਦਾ ਕਿ ਜਿਹੜਾ ਸਤਿਗੁਰੂ ਜੀ ਨੇ ਉਹਨਾਂ ਪਾਸੋਂ ਸੇਵਾ ਲਈ, ਉਹ ਸੇਵਾ ਦੇ ਪਿੱਛੇ ਕੇਵਲ ਤਾਂ ਕੇਵਲ ਸਤਿਗੁਰ ਦੀ ਅਸੀਸ ਸੀ। ਭਾਵੇਂ ਸੀਗਾ ਪੰਜ ਭੂਤਕ ਸਰੀਰ, ਪਰ ਗੁਰੂ ਜੋਤ ਹੋ ਕੇ ਜਿਹੜੇ ਸਤਿਗੁਰ ਜੀ ਕਿਰਪਾ ਕਰਦੇ ਇੱਕ ਮਨੁੱਖ ਵਿਚਰ ਜਾਂਦਾ, ਅਤੇ ਉਹ ਫਿਰ ਸਤਿਗੁਰ ਦੀ ਅਸੀਸ ਦਾ ਪਾਤਰ ਬਣ ਜਾਂਦਾ। ਸੋ ਦਮਦਮੇ ਦੀ ਧਰਤੀ ਤੋਂ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦੜੀ ਕਰਕੇ ਇਸ ਪਵਿੱਤਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਵਿੱਤਰ ਧਰਤੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਇੱਥੇ ਹੋ ਰਹੀ ਬੇਹੁਰਮਤੀ ਦੇ ਵਿੱਚ ਆ ਕੇ
ਆਪਣਾ ਯੋਗਦਾਨ ਹੀ ਨਹੀਂ ਪਾਇਆ, ਸ਼ਹੀਦੀ ਵੀ ਪਾਈ ਅਤੇ ਉਸ ਹੋ ਰਹੀ ਬੇਹੁਰਮਤੀ ਦਾ ਬਦਲਾ ਵੀ ਲਿਆ ਅਤੇ ਇੱਥੇ ਮੁੜ ਜਿਹੜੀ ਸਤਿਗੁਰਾਂ ਦੀ ਮਰਿਆਦਾ ਉਹ ਬਹਾਲ ਵੀ ਕੀਤੀ। ਸੋ ਸਾਰੀ ਸੰਗਤ ਨੂੰ ਇੱਕ ਵਾਰੀ ਫਿਰ ਜਨਮਦਿਨ ਦੀ ਬਹੁਤ ਬਹੁਤ ਵਧਾਈ ਦਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ, ਵੋਟਰ ਸੂਚੀ ਜਿਹੜੀ ਤਿਆਰ ਹੋਣ ਨੂੰ, ਵੋਟਰ ਸੂਚੀ ਦੇਖੋ ਸਾਰੇ, ਮੈਂ ਤਾਂ ਮੈਂਬਰ ਸਾਹਿਬਾਨਾਂ ਨੂੰ ਵੀ ਕਰ ਰਿਹਾ ਭਾਈ, ਛੱਡ ਕੇ ਸਾਰੇ ਕਾਰਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਾਓ, ਚਾਲ ਮੱਠੀ ਆ। ਪਰ ਮੈਨੂੰ ਇਹ ਵੀ ਰਿਪੋਰਟਾਂ ਮਿਲੀਆਂ ਵੀ ਸਰਕਾਰ ਵੀ ਦਖਲਦਾਜੀ ਕਰ ਰਹੀ ਆ, ਕਿਉਂਕਿ ਹਾਈ ਕੋਰਟ ਦੇ ਵਿੱਚ ਇੱਕ ਲਿਟੀਗੇਸ਼ਨ ਪੈਂਡ ਗਿਆ ਅਤੇ ਉਹ ਲਿਟੀਗੇਸ਼ਨ ਨੂੰ ਪੂਰਾ ਕਰਨ ਲਈ ਇਹ ਇੱਦਾਂ ਵੀ ਕਰ ਸਕਦੇ ਆ। ਪਰ ਮੈਂ ਮੈਂਬਰ ਸਾਹਿਬਾਨਾਂ ਅਤੇ ਸੁੱਖੀ ਸਮੁੱਚੀ ਸਿੱਖ ਕੌਮ ਨੂੰ ਸਾਰੀ ਨੂੰ ਕਿ ਇਲੈਕਸ਼ਨ ਆਊਗੀ ਦੇਖਦਾ, ਇੱਕ ਦੂਏ ਨੂੰ ਦੇਖਦੇ ਰਹਾਂਗੇ, ਪਰ ਵੋਟਾਂ ਵੱਡੇ ਪੱਧਰ 'ਤੇ ਬਣਾ ਲਓ, ਇਹ ਜਿਹੜੀ ਬਹੁਤ ਜ਼ਰੂਰੀ ਆ। ਸਮਾਂ ਅਸੀਂ ਭੇਜੀਆਂ ਚਿੱਠੀਆਂ, ਹੁਣ ਦੇਖਦੇ ਦਿੰਦੇ ਕਿ ਨਹੀਂ ਸਮਾਂ ਦਿੰਦੇ, ਇਹ ਤਾਂ ਸਰਕਾਰਾਂ ਦੀਆਂ ਮਰਜ਼ੀਆਂ। ਠੀਕ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਪੰਥ ਦੇ ਮਹਾਨ ਯੋਧੇ, ਤਤ ਬੇਤੇ ਬ੍ਰਹਮ ਗਿਆਨੀ, ਸਿਰਲੱਥ ਯੋਧੇ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ, ਜੋ ਉਹਨਾਂ ਦਾ ਹਰ ਸਾਲ ਦੀ ਤਰ੍ਹਾਂ ਜਨਮ ਦਿਹਾੜਾ, ਸਾਰੀਆਂ ਸੰਗਤਾਂ ਬਹੁਤ ਵੱਡੇ ਪੱਧਰ 'ਤੇ ਉਤਸ਼ਾਹ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਮਨਾਉਂਦੀਆਂ ਨੇ। ਸੋ ਅੱਜ ਵੀ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਬਹੁਤ ਦੂਰ ਦੂਰ ਤੋਂ ਜਿਹੜੀਆਂ ਸੰਗਤਾਂ ਲੱਖਾਂ ਦੀ ਤਾਦਾਦ ਦੇ ਨਾਲ ਬਾਬਾ ਜੀ ਦੇ ਦਰ 'ਤੇ ਨਤਮਸਤਕ ਹੋ ਰਹੀਆਂ ਨੇ। ਸੋ ਅੱਜ ਜਿਹੜਾ ਬਾਬਾ ਜੀ ਦਾ ਦਿਹਾੜਾ ਪਹੂ ਵੰਡ ਵਿਖੇ, ਸੋ ਉਹਨਾਂ ਦਾ ਜਨਮ ਬਾਬਾ ਭਗਤੂ ਜੀ ਦੇ ਘਰ ਵਿਖੇ, ਬਾਬਾ ਮਾਤਾ ਜੀਉਣੀ ਦੇ ਕੁੱਖ ਤੋਂ ਬਾਬਾ ਜੀ ਦਾ ਜਨਮ ਹੋਇਆ ਸੀ। ਸੋ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਅਪਾਰ ਖੁਸ਼ੀਆਂ ਪ੍ਰਾਪਤ ਕਰਦੇ ਹੋਏ, ਸੋ ਜਿਨ੍ਹਾਂ ਨੇ ਸਿੱਖ ਪੰਥ ਦੇ ਵਿੱਚ ਬਹੁਤ ਵੱਡੀਆਂ ਪਰਉਪਕਾਰ ਕੀਤੇ, ਸੇਵਾਵਾਂ ਕੀਤੀਆਂ, ਜਿੱਥੇ ਉਹ ਵਿੱਦਿਆ ਦੇ ਧਨੀ ਸਨ, ਚਾਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਤਾਰੇ ਕਰਕੇ ਚਾਰੇ ਤਖਤਾਂ 'ਤੇ ਬਿਰਾਜਮਾਨ ਕੀਤੇ, ਉੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਜਿਸ ਵੇਲੇ ਘੋਰ ਬੇਅਦਬੀ ਹੋ ਰਹੀ ਸੀ, ਸੋ ਬੇਅਦਬੀ ਨਾ ਸਹਾਰਦੇ ਹੋਏ ਦਮਦਮਾ ਸਾਹਿਬ ਤੋਂ ਚੱਲ ਕਰਕੇ, ਸੋ ਇੱਥੇ ਆ ਕਰਕੇ ਚੱਬੇ ਦੀ ਧਰਤੀ 'ਤੇ ਜ਼ਾਲਮਾਂ ਦਾ ਦੰਦ ਖੱਟੇ ਕੀਤੇ ਅਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਜਿਹੜੀ ਪਵਿੱਤਰਤਾ ਸੀ ਉਹਨੂੰ ਬਹਾਲ ਕੀਤਾ। ਸੋ ਬਾਬਾ ਨੌਧ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਇਸੇ ਤਰ੍ਹਾਂ ਹਜ਼ਾਰਾਂ ਸਿੰਘਾਂ ਨੇ ਹੱਸ ਹੱਸ ਕੇ ਯੁੱਧ ਦੇ ਵਿੱਚ ਸ਼ਹਾਦਤ ਦਾ ਜਾਮ ਪੀ ਕਰਕੇ, ਸੋ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਇਸੇ ਸਥਾਨ 'ਤੇ ਉਹਨਾਂ ਦਾ ਜਿਹੜਾ ਪਾਵਨ ਦੇਹ ਦਾ ਜਿਹੜਾ ਸੰਸਕਾਰ ਸੀਗਾ ਉਹ ਇਸ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਹੋਇਆ ਸੀ। ਸੋ ਉਹਨਾਂ ਦਾ ਜਿਹੜਾ ਜਨਮ ਦਿਹਾੜਾ ਬਾਬਾ ਜੀ ਦੀ ਐਸੀ ਅਜ਼ਮਤ ਵਰਤ ਰਹੀ ਹੈ ਵੀ ਸਾਰੇ ਸੰਸਾਰ ਦੇ ਵਿੱਚ ਸਾਰੀਆਂ ਸਿੱਖ ਜਿਹੜੀਆਂ ਵੀ ਸ਼ਰਧਾ ਭਾਵਨਾ ਦੇ ਨਾਲ ਆਉਂਦੀਆਂ ਉਹ ਆਪਣੀਆਂ ਝੋਲੀਆਂ ਭਰ ਕੇ ਜਾਂਦੇ ਨੇ। ਸੋ ਇਸ ਕਰਕੇ ਬਾਬਾ ਜੀ ਦੀ ਦਿਨੋਂ ਦਿਨ ਜਿਹੜੀ ਅਜ਼ਮਤ ਹੈ ਉਹ ਸਾਰੇ ਸੰਸਾਰ ਦੇ ਵਿੱਚ ਫੈਲ ਰਹੀ ਹੈ। ਬਾਬਾ ਜੀ ਦੇ ਜਨਮ ਦਿਹਾੜੇ 'ਤੇ ਸਿੱਖ ਗੁਰਸਿੱਖ ਮਾਈ ਭਾਈ ਸਾਰੇ ਸ਼ਰਧਾ ਦੇ ਨਾਲ ਆਪਣੀਆਂ ਭਾਵਨਾਵਾਂ ਵੀ ਪੂਰੀਆਂ ਕਰਦੇ ਨੇ ਅਤੇ ਨਤਮਸਤਕ ਹੋ ਰਹੇ ਨੇ। ਬਾਬਾ ਜੀ ਦੇ ਜਨਮ ਦਿਹਾੜੇ 'ਤੇ ਲੱਖ ਲੱਖ ਵਧਾਈ ਹੋਵੇ, ਲੱਖ ਲੱਖ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੁਖਦੇਵ ਸਿੰਘ ਜੀ ਖਾਲਸਾ ਅਤੇ ਸਮੂਹ ਸਾਧ ਸੰਗਤ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ। ਗੁਰੂ ਨਾਨਕ ਨਾਮ ਲੇਵਾ ਸੰਗਤਾਂ ਜੋ ਦੇਸ਼ਾਂ ਵਿਦੇਸ਼ਾਂ ਸਾਰੇ ਹਿੰਦੁਸਤਾਨ ਸਾਰੀ ਸ੍ਰਿਸ਼ਟੀ 'ਚ ਜਿਹੜੀਆਂ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੇਵਾ ਸੰਗਤ ਜਿਹੜੀ ਆ ਬਿਰਾਜਮਾਨ ਆ, ਸਭ ਸਿੱਖ ਸਮਾਜ ਨੂੰ ਹਰ ਵਰਗ ਨੂੰ ਬਹੁਤ ਬਹੁਤ ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਮੁਬਾਰਕਾਂ। ਜੋ ਅੱਜ ਦਾ ਦਿਨ ਆ ਸ਼ੁਭ, ਬਹੁਤ ਹੀ ਖੁਸ਼ੀਆਂ ਚਾਵਾਂ ਦੇ ਨਾਲ ਮਨਾਇਆ ਜਾ ਰਿਹਾ। ਸੰਗਤਾਂ ਦੂਰੋਂ ਦੂਰੋਂ ਚੱਲ ਕੇ ਬਾਬਾ ਜੀ ਦੇ ਦਰਸ਼ਨ ਦੀਦਾਰਾਂ ਨੂੰ ਆ ਰਹੀਆਂ ਹਨ। ਸੋ
ਮਨੋਕਾਮਨਾ ਪੂਰੀਆਂ ਬਾਬਾ ਜੀ ਕਰ ਰਹੇ ਹਾਂ। ਦੂਰੋਂ ਦੂਰੋਂ ਸੰਗਤਾਂ ਆਣ ਕੇ ਹਾਜ਼ਰੀਆਂ ਭਰਦੀਆਂ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ। ਜੋ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।